ਕਿੰਨੇ ਦੱਸਦਾ ਤੇਰੇ ਪੱਬਜੀ ਵਾਲੇ ਫੋਨ ਨੇ ਪਾਰਟੀ ਤੇ ਕੋਈ ਵੀ ਆ ਜੇ ਕੰਮ ਪਾਰਟੀ ਨੇ ਥੋੜੀ ਨਾ ਕਰਨਾ ਆਉਂਦਾ ਨਵਾਬ ਬਣਾਇਆ ਸੀ ਪਰ ਉਹਨਾਂ ਨੇ ਨਵਾਬ ਬਣਨ ਤੋਂ ਪਹਿਲਾਂ ਕੁਝ ਸ਼ਰਤਾਂ ਰੱਖੀਆਂ ਸੀ ਪਰ ਦਾਦਾ ਜੀ ਅੱਜ ਕੱਲ ਕਿੱਥੇ ਐਬ ਜੀ ਕਮਾਈ ਵਾਲੇ ਬੰਦੇ ਹੈਗੇ ਨੇ ਜ਼ਰੂਰ ਮਿਲਣਗੇ ਮੈਨੂੰ ਭਰੋਸਾ ਹੈ ਉਸ ਆਪਣੇ ਅਕਾਲ ਪੁਰਖ ਤੇ ਦਾਦਾ ਜੀ ਤੁਹਾਨੂੰ ਪਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਰਹੀਆਂ 2021 ਵਿੱਚ ਹੈ ਤੈਨੂੰ ਕਿੰਨੇ ਦੱਸਦਾ ਤੇਰੇ ਪੱਬਜੀ ਵਾਲੇ ਫੋਨ ਨੇ ਨਹੀਂ ਦਾਦਾ ਜੀ ਖਬਰਾਂ ਵੀ ਸੁਣ ਕੇ ਆਇਆ ਵਾ ਮੈਂ ਅੱਛਾ ਕਾਕਾ ਜੀ ਕੰਮ ਦੀ ਗੱਲ ਵੀ ਸੁਣਦੇ ਹਨ ਮੈਨੂੰ ਤਾਂ ਲੱਗਾ ਬਸ ਪੱਬਜੀ ਲੂਡੋ ਇਹਦੇ ਵਿੱਚ ਪੂਰਾ ਦਿਨ ਕੱਢ ਲੈਂਦੇ ਨੇ ਦਾਦਾ ਜੀ ਤੁਸੀਂ ਵੀ ਨਾ ਅੱਛਾ ਦੱਸੋ ਫਿਰ ਕੀ ਲੱਗਦਾ ਕਿਹੜੀ ਪਾਰਟੀ ਆਏਗੀ ਇਸ ਵਾਰ ਪਾਰਟੀ ਤੇ ਕੋਈ ਵੀ ਆ ਜੇ ਕੰਮ ਪਾਰਟੀ ਨੇ ਥੋੜੀ ਨਾ ਕਰਨਾ ਆਉਂਦਾ ਕੰਮ ਤੇ ਪਾਰਟੀ ਦੇ ਵਿਚਕਾਰਲੇ ਮੈਂਬਰਾਂ ਨੇ ਕਰਨਾ ਆਉਂਦਾ ਪਾਰਟੀ ਬੰਦੇ ਬਦਲਦੀ ਰਹਿੰਦੀ ਹੈ ਤੇ ਬੰਦੇ ਪਾਰਟੀ ਬਦਲਦੇ ਰਹਿੰਦੇ ਨੇ ਕਦੇ ਸੁਣਿਆ ਕਿ ਪੰਜੋ ਉਂਗਲਾਂ ਇੱਕ ਬਰਾਬਰ ਹੁੰਦੀਆਂ ਨੇ ਕੋਈ ਵੱਡੀ ਤੇ ਕੋਈ ਛੋਟੀ ਹੁੰਦੀ ਹੈ ਨਾ ਇਸੇ ਤਰੀਕੇ ਨਾਲ ਹਰ ਪਾਰਟੀ ਵਿੱਚ ਚੰਗੇ ਅਤੇ ਮਾੜੇ ਦੋਨੋਂ ਤਰੀਕੇ ਦੇ ਬੰਦੇ ਹੁੰਦੇ ਨੇ ਅੱਛਾ ਫਿਰ ਵੀ ਦੱਸੋ ਤੇ ਸਹੀ ਕਾਕਾ ਜੀ ਕੋਈ ਵੀ ਪਾਰਟੀ ਆ ਜੇ ਪਰ ਨਵਾਬ ਕਪੂਰ ਸਿੰਘ ਜੀ ਵਾਲੀ ਗੱਲ ਕਿੱਥੇ ਨਵਾਬ ਕਪੂਰ ਸਿੰਘ ਜੀ ਇਹ ਕੌਣ ਨੇ ਦਾਦਾ ਜੀ ਆਬੇ ਫਿਰ ਦੱਸਦਾ ਤੈਨੂੰ ਨਵਾਬ ਕਪੂਰ ਸਿੰਘ ਜੀ ਬਾਰੇ ਹਾਂਜੀ ਦੱਸੋ ਹੁਣ ਤੁਸੀਂ ਦੱਸ ਰਹੇ ਸੀ ਨਾ ਨਵਾਬ ਕਪੂਰ ਸਿੰਘ ਜੀ ਬਾਰੇ ਨਵਾਬ ਕਪੂਰ ਸਿੰਘ ਜੀ ਨਵਾਬ ਹੈਗੇ ਸੀ ਜਿਨ੍ਹਾਂ ਨੂੰ ਖਾਲਸਾ ਪੰਥ ਨੇ ਨਵਾਬ ਬਣਾਇਆ ਸੀ ਪਰ ਉਹਨਾਂ ਨੇ ਨਵਾਬ ਬਣਨ ਤੋਂ ਪਹਿਲਾਂ ਕੁਝ ਸ਼ਰਤਾਂ ਰੱਖੀਆਂ ਸੀ ਕਿਹੜੀਆਂ ਸ਼ਰਤਾਂ ਦਾਦਾ ਜੀ ਕਿਹੜੀਆਂ ਸ਼ਰਤਾਂ ਰੱਖੀਆਂ ਸੀ ਉਹਨਾਂ ਨੇ ਨਵਾਬੀ ਲੈਣ ਤੋਂ ਪਹਿਲੇ ਉਹਨਾਂ ਨੇ ਸ਼ਰਤ ਰੱਖੀ ਸੀ ਕਿ ਉਹ ਨਵਾਬ ਦੀ ਗੱਦੀ ਤੇ ਤਾਂ ਬੈਠਣਗੇ ਜੇ ਉਹਨਾਂ ਤੋਂ ਘੋੜੀਆਂ ਦੀ ਲਿੱਧ ਚੁੱਕਣ ਦੀ ਸੇਵਾ ਅਤੇ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਜੁੱਠੇ ਭਾਂਡਿਆਂ ਦੀ ਸੇਵਾ ਛਿੰਨੀ ਨਹੀਂ ਜਾਏਗੀ ਉਹਨਾਂ ਨੂੰ ਇਹ ਸਾਰੀਆਂ ਸੇਵਾ ਕਰਨ ਤੋਂ ਰੋਕਿਆ ਨਹੀਂ ਜਾਏਗਾ ਸੱਚੀ ਦਾਦਾ ਜੀ ਐਵ ਜੀ ਹੈਗੇ ਸੀ ਨਵਾਬ ਕਪੂਰ ਸਿੰਘ ਜੀ ਹਾਂਜੀ ਬੇਟਾ ਜੀ ਬਹੁਤ ਹੀ ਉੱਚੀ ਅਤੇ ਸੁੱਚੀ ਕਮਾਈ ਵਾਲੇ ਹੈਗੇ ਸੀ ਨਵਾਬ ਕਪੂਰ ਸਿੰਘ ਜੀ ਉਹ ਆਪਣੀ ਨਵਾਬੀ ਤੇ ਕਦੀ ਮਾਣ ਨਹੀਂ ਕਰਦੇ ਸੀ ਉਹ ਕਹਿੰਦੇ ਸਨ ਕਿ ਨਵਾਬੀ ਤੇ ਸਾਡੇ ਖਾਲਸਾ ਪੰਥ ਦੇ ਚਰਨਾਂ ਦੀ ਧੂੜ ਵਿੱਚ ਹੈਗੀ ਹੈ ਉਹ ਆਪਣੀ ਨਵਾਬੀ ਦੇ ਟਾਈਮ ਤੇ ਨਵਾਬੀ ਕਰਦੇ ਸਨ ਤੇ ਬਾਅਦ ਵਿੱਚ ਇੱਕ ਗੁਰਸਿੱਖ ਵਕਨ ਸੇਵਾ ਵੀ ਕਰਦੇ ਸਨ ਪਰ ਦਾਦਾ ਜੀ ਅੱਜ ਕੱਲ ਕਿੱਥੇ ਐਬ ਜੀ ਕਮਾਈ ਵਾਲੇ ਬੰਦੇ ਹੈਗੇ ਨੇ ਹਾਂ ਸਹੀ ਕਹਿ ਰਿਹਾ ਤੂੰ ਤੇਰੇ ਵਕਨ ਸਾਰੇ ਪੱਬਜੀ ਔਰ ਲੂਡੋ ਵਿੱਚ ਜੋ ਲੱਗੇ ਰਹਿੰਦੇ ਨੇ ਟਾਈਮ ਹੀ ਕਿਹਦੇ ਕੋਲੇ ਕੁਝ ਜਾਣਨ ਦਾ ਦਾਦਾ ਜੀ ਤੁਸੀਂ ਵੀ ਨਾ ਮਜ਼ਾਕ ਕਰਦਾ ਪਿਆ ਸੀ ਪੁੱਤਰ ਤੇਰੇ ਨਾਲ ਮਜ਼ਾਕ ਕਰਦਾ ਪਿਆ ਸੀ ਚੱਲ ਕੋਈ ਗੱਲ ਨਹੀਂ ਚੱਲ ਫਿਰ ਸੁਣ ਧਿਆਨ ਨਾਲ ਕਾਕਾ ਜੀ ਸਗੋਂ ਅੱਜ ਕੱਲ ਤੇ ਹਰ ਕਿਸੇ ਕੋਲ ਆਪਣੀ ਵੋਟ ਹੈ ਅਤੇ ਸਿਸਟਮ ਵੀ ਬਹੁਤ ਵਧੀਆ ਹੋ ਗਿਆ ਹੈ ਬਸ ਲੋੜ ਹੈ ਵੋਟਾਂ ਦੀ ਸਹੀ ਵਰਤੋਂ ਕਰਨ ਦੀ ਹਰ ਯੁੱਗ ਚੰਗੇ ਤੇ ਮਾੜੇ ਹਰ ਤਰ੍ਹਾਂ ਦੇ ਬੰਦੇ ਹੁੰਦੇ ਹੀ ਆਏ ਚੰਗੇ ਤੋਂ ਚੰਗੇ ਵੀ ਬੰਦੇ ਇਸ ਦੁਨੀਆਂ ਵਿੱਚ ਹੈਗੇ ਨੇ ਤੇ ਮਾੜੇ ਤੋਂ ਮਾੜੇ ਵੀ ਬੰਦੇ ਇਸ ਦੁਨੀਆਂ ਵਿੱਚ ਹੀ ਹੈਗੇ ਨੇ ਅਗਰ ਹਰ ਕੋਈ ਸੋਚ ਲੇ ਕਿ ਆਪਣੇ ਵੋਟ ਦੀ ਸਹੀ ਇਸਤੇਮਾਲ ਕਰੇਗਾ ਕਿਸੇ ਵੀ ਲਾਲਚ ਵਿੱਚ ਆ ਕੇ ਕਿਸੇ ਨੂੰ ਵੇਚੇਗਾ ਨਹੀਂ ਤੇ ਮੈਨੂੰ ਪੂਰਾ ਯਕੀਨ ਹੈ ਕਿ ਅੱਜ ਕੱਲ ਦੇ ਸਮੇਂ ਵਿੱਚ ਵੀ ਨਵਾਬ ਕਪੂਰ ਸਿੰਘ ਜੀ ਵਰਗੀ ਨਵਾਬੀ ਕਰਨ ਵਾਲੇ ਜ਼ਰੂਰ ਮਿਲਣਗੇ ਮੈਨੂੰ ਭਰੋਸਾ ਹੈ ਉਸ ਆਪਣੇ ਅਕਾਲ ਪੁਰਖ ਤੇ